ਕਰਦੇ 5 ਵਜੇ ਦੇ ਨਿਕਲੇ ਹੋਣਗੇ ਕਿਸ ਕਿਸ ਦੀ ਸੈਂਪਲਿੰਗ ਕੀਤੀ ਹੈ ਕਿਸ ਕਿਸ ਫੂਡ ਕੀਤੀ ਹੈ ਦੇਖੋ ਸਾਨੂੰ ਸ਼ਿਕਾਇਤਾਂ ਮਿਲਦੀਆਂ ਸੀ ਕਿ ਜਿਹੜਾ ਖਾਣ ਪੀਣ ਵਾਲੇ ਪਦਾਰਥ ਨੇ ਉਹਨਾਂ 'ਚ ਜਿਹੜੀ ਹੈਗੀ ਆ ਮਿਲਾਵਟ ਜਿਹੜੀ ਪਾਈ ਹੈ ਸੋ ਉਸਦੇ ਤਹਿਤ ਹੀ ਅੱਜ ਸਵੇਰੇ ਅਸੀਂ 5 ਵਜੇ ਜਿਹੜੇ ਚੱਲੇ ਸੀਗੇ ਕੋਈ 3-4 ਜਿਹੜੀਆਂ ਡੈਰੀਆਂ ਨੇ ਉਹਨਾਂ 'ਤੇ ਅਸੀਂ ਅੱਜ ਚੈਕਿੰਗ ਕੀਤੀ ਹੈ ਔਰ ਇਹਦਾ ਮਤਲਬ ਇਹੀ ਆ ਕਿ ਅਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਖਾਣ ਪੀਣ ਦੇ ਜਿਹੜੇ ਜਿਵੇਂ ਦੁੱਧ ਆ ਜਾਂ ਹੋਰ ਪਨੀਰ ਹੈ ਉਹਨਾਂ 'ਚ ਕੋਈ ਮਿਲਾਵਟ ਨਾ ਹੋਵੇ ਸੋ ਉਸ ਕਰਕੇ ਅਸੀਂ ਅੱਜ ਦਾ ਜਿਹੜਾ ਜਿਵੇਂ ਦੁੱਧ ਦੀ ਮਾਤਰਾ ਤਾਂ ਬਹੁਤ ਘੱਟ ਆ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਹੈਗਾ ਸਿੰਥੈਟਿਕ ਜਿਹੜਾ ਕਾਫੀ ਮਾਤਰਾ ਵਿੱਚ ਬਣ ਰਿਹਾ ਹੈਗਾ ਦੇਖੋ ਸੈਂਪਲ ਲੈਣ ਦਾ ਮਤਲਬ ਇਹ ਹੈ ਜੇ ਕਿਸੇ ਦਾ ਕੋਈ ਬਿਲਕੁਲ ਠੀਕ ਹੈ ਉਹਨੂੰ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜੇ ਦੀ ਕੋਈ ਕਮੀਆਂ ਪੇਸ਼ੀਆਂ ਨੇ ਉਹਦੇ ਵਾਸਤੇ ਬਿਲਕੁਲ ਇਹ ਗਲਤ ਹੈ ਉਹ ਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਊਗੀ ਨਾਭੇ ਹਲਕੇ ਵਿੱਚ ਕਿੰਨੇ ਕੁ ਜਿਹੜੇ ਹੈਗੇ ਕੀਤੇ ਆ ਤੁਸੀਂ ਅੱਜ ਦੇਖੋ ਜੀ 4 ਸਮੇਂ ਅੱਜ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਕਿ ਮੰਤਰੀ ਖੁਦ ਤੁਸੀਂ ਨਾਲ ਕਰ ਰਹੇ ਹੋ ਮੇਰੇ ਵੀ ਬੱਚੇ ਦੁੱਧ ਪੀਂਦੇ ਨੇ ਮੇਰੇ ਵੀ ਬੱਚੇ ਪਨੀਰ ਖਾਂਦੇ ਨੇ ਮੈਂ ਆਪ ਵੀ ਪਨੀਰ ਖਾਂਦਾ ਸੋ ਇਸ ਕਰਕੇ ਸਿਹਤ ਤਾਂ ਸਾਡੀ ਸਾਰਿਆਂ ਦੀ ਸੋ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਕਿ ਅਸੀਂ ਖਾਣ ਪੀਣ ਦੇ ਪਦਾਰਥ ਨੇ ਜਿਹੜੇ ਉਹਨਾਂ 'ਚ ਜੇ ਮਿਲਾਵਟ ਕਰਦੇ ਹਾਂ ਤਾਂ ਉਹ ਸਾਡੇ ਜਿਹੜੀ ਪੀੜ੍ਹੀ ਆ ਜਿਹੜੀ ਸਾਡੇ ਲੋਕ ਨੇ ਉਹਨਾਂ ਨਾਲ ਸਿਹਤ ਨਾਲ ਖਿਲਵਾੜ ਕਰਨਾ ਬਹੁਤ ਵੱਡਾ ਕ੍ਰਾਈਮ ਹੈ ਸਿਹਤ ਵਿਭਾਗ ਦੇ ਹੋਰ ਕਿਹੜੇ ਟੀਮ ਨਾਲ ਹਾਜ਼ਰ ਸੀ ਜੀ ਸਾਰੇ ਪੰਜਾਬ 'ਚ ਹੀ ਸਾਰਾ ਚੱਲ ਰਿਹਾ ਮਾਨਯੋਗ ਸਿਹਤ ਮੰਤਰੀ ਜੀ ਦੀ ਅਗਵਾਈ ਹੇਠ ਅੱਜ ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਅਧੀਨ ਅਸੀਂ ਲਗਾਤਾਰ ਦੁੱਧ ਦੀ ਕੈਂਪੇਨ ਚਲਾ ਰਹੇ ਹਾਂ ਜਿਹਦੇ ਵਿੱਚ ਦੁੱਧ ਦੇ ਸੈਂਪਲ ਪਨੀਰ ਦੇ ਸੈਂਪਲ ਅਸੀਂ ਲੈ ਰਹੇ ਹਾਂ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਕੁਛ ਇੱਕ ਸਪਲਾਇਰਸ ਨੇ ਜਾਂ ਡੇਰੀਆਂ ਨੇ ਉਹਨਾਂ ਦੇ ਅਸੀਂ ਸੈਂਪਲਸ ਲੈ ਚੁੱਕੇ ਹਾਂ ਹੁਣ ਤੱਕ ਅਸੀਂ ਟੋਟਲ 6 ਸੈਂਪਲਸ ਲੈ ਚੁੱਕੇ ਹਾਂ ਦੁੱਧ ਦੇ ਕਿੰਨੇ ਵਜੇ ਤੇ ਖੁਦ ਸਿਹਤ ਮੰਤਰੀ ਮਿਲਣ ਲਈ ਕਿੰਨੇ ਕੁ ਵਜੇ ਦੇ ਤੁਰੇ ਹੋ ਤੁਸੀਂ ਮਾਰਨਿੰਗ 6 ਵਜੇ ਦੇ 6 ਵਜੇ ਕਿੱਥੇ ਕਿੱਥੇ ਚੈਕਿੰਗ ਕੀਤੀ ਹੈ ਇਹ ਮੰਤਰੀ ਖੁਦ ਹੀ ਦੱਸ ਬੋਲੇ ਚੱਲ ਰਿਹਾ ਹੈ ਜੇ ਪ੍ਰੋਸੈਸ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਸਾਰੇ ਸੈਂਪਲ ਤਾਰੇ ਕਰੇ ਲੈ ਗਏ ਦੁੱਧ ਦੇ ਸੈਂਪਲਸ ਲੈ ਆ ਜੋ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਦੁੱਧ ਦੀ ਮਾਤਰਾ ਜਿਹੜੀ ਹੈਗੀ ਆ ਕਮੀ ਆ ਤੇ ਹੁਣ ਦੁੱਧ ਕਿੱਥੋਂ ਆ ਰਿਹਾ ਲੱਗਦਾ ਵੀ ਜਿਹੜਾ ਹੈਗਾ ਗਲਤ ਤਰੀਕੇ ਨਾਲ ਵੀ ਤਿਆਰ ਕਿਸੇ ਚੀਜ਼ ਨੂੰ ਇਨਸ਼ੋਰ ਕਰਨ ਦੇ ਲਈ ਅਸੀਂ ਚੈਕਿੰਗ ਕਰ ਰਹੇ ਹਾਂ ਜੀ ਮੰਤਰੀ ਜੀ ਦੀ ਅਗਵਾਈ ਦੇ ਹੇਠ ਤੇ ਸੈਂਪਲ ਲੈ ਕੇ ਅਸੀਂ ਲੈਬੋਰੇਟਰੀ ਵਿੱਚ ਭੇਜਾਂਗੇ ਉਹਦੇ ਅਨੁਸਾਰ ਜਿਵੇਂ ਵੀ ਰਿਪੋਰਟ ਆਏਗੀ ਅਸੀਂ ਫੂਡ ਸੇਫਟੀ ਐਕਟ ਦੇ ਅਧੀਨ ਕਾਰਵਾਈ ਕਰਾਂਗੇ ਇਹ ਹਰਦੀਪ ਸਿੰਘ ਜੀ ਦਾ ਜੀ ਕਾਹਦਾ ਲੈ ਕੇ ਸੈਂਪਲ ਸਾਡਾ ਪਨੀਰ ਦਾ ਕੰਮ ਸੀਗਾ ਪਨੀਰ ਦਾ ਲੈ ਕੇ ਗਏ ਨੇ ਸੈਂਪਲ ਹਾਂ ਜੀ ਅਤੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਬਾਕੀ ਸੈਂਪਲ ਲੈ ਕੇ ਗਏ ਨੇ ਪਤਾ ਲੱਗ ਜੂ ਤੁਸੀਂ ਕਿੱਥੇ ਕਿੱਥੇ ਸਪਲਾਈ ਕਰਦੇ ਹੋ ਪਨੀਰ ਸਾਡੀ ਨਾਭਾ ਹੈਗੀ ਹੈ ਜੀ ਅਤੇ ਚੰਡੀਗੜ੍ਹ ਆ ਮੇਨ ਸਪਲਾਈ ਕਿੰਨੇ ਕੁ ਕੁਆਂਟਲ ਹੋ ਜਾਂਦਾ ਸਾਡੀ ਡੇਲੀ ਦੀ ਹੋ ਜਾਂਦੀ ਵੀ 200 ਤੋਂ 250 ਟਿੱਕੀ ਤੱਕ ਹੋ ਜਾਂਦੀ ਹੈ ਜੀ आपके पूरे परिवार के लिए सेहत का खजाना लाया है आपका अपना लोकल ब्रांड GSSL बच्चों से लेकर बुजुर्गों तक सबके लिए इम्यूनिटी से भरपूर जी हर्ब्स आयुर्वेदिक प्रोडक्ट्स रेंज जैसे जी शार्प मेमोरी सिरप हेल्थ बूस्टर नोनी जूस और भी बहुत कुछ स्वस्थ उज्जवल भविष्य फॉर इंक्वायरी कॉल 9815161028